ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਈਨਿੰਗ ਜੋ ਨਜਾਇਜ਼ ਤਰੀਕੇ ਨਾਲ ਚੱਲ ਰਹੀ ਹੁੰਦੀ ਸੀ ਉਹਨੂੰ ਮੁੱਦਾ ਬਣਾ ਕੇ ਇਹ ਕਿਹਾ ਗਿਆ ਸੀ ਕਿ ਨਜਾਇਜ਼ ਮਾਈਨਿੰਗ ਨੂੰ ਪੂਰਨ ਰੂਪ ਵਿੱਚ ਪੰਜਾਬ ਵਿੱਚ ਬੰਦ ਕੀਤਾ ਜਾਏਗਾ, ਕਿਸੇ ਨੂੰ ਵੀ ਨਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਸ ਖਿਲਾਫ਼ ਸਖ਼ਤ ਕਦਮ ਚੱਕੇ ਜਾਣਗੇ। ਪਰ ਅੱਜ ਪਿੰਡ ਕਾਵਾਂਵਾਲੀ ਵਿੱਚ ਨਹਿਰੀ ਵਿਭਾਗ ਦੇ ਬੇਲਦਾਰ ਰਾਜੂ ਦਾ ਕਹਿਣਾ ਹੈ ਵੀ ਉਹ ਸਵੇਰੇ 9 ਵਜੇ ਇੱਥੇ ਖੜ੍ਹਾ ਹੈ, ਉਸਨੂੰ ਸੂਚਨਾ ਮਿਲੀ ਸੀ ਕਿ ਕੋਈ ਮਾਈਨਿੰਗ ਕਰ ਰਿਹਾ ਹੈ ਅਤੇ ਜੋ ਤੁਸੀਂ ਟਰਾਲੀ ਦੀਆਂ ਫੋਟੋਆਂ ਵੇਖ ਰਹੇ ਹੋ ਇਸ ਤੋਂ ਪਹਿਲਾਂ ਜੋ ਫੋਟੋਆਂ ਵੇਖੀਆਂ ਉਹ ਰਾਜੂ ਵੱਲੋਂ ਕੀਤੀਆਂ ਗਈਆਂ ਸੀ ਨਹਿਰੀ ਵਿਭਾਗ ਦੇ ਬੇਲਦਾਰ ਵੱਲੋਂ, ਜਿੱਥੇ ਕਿ ਮਿੱਟੀ ਭਰੀ ਜਾਪਦੀ ਹੈ ਜਾਂ ਰੇਤ ਹੈ ਇਹ ਤਾਂ ਵਿਭਾਗ ਜਾਂ ਵਿਭਾਗ ਦੇ ਅਧਿਕਾਰੀ ਹੀ ਦੱਸਣਗੇ। ਉਸਦਾ ਕਹਿਣਾ ਹੈ 9 ਵਜੇ ਦੇ ਇੱਥੇ ਖੜ੍ਹੇ 2 ਘੰਟੇ ਖੜ੍ਹੇ ਹੋਣ ਤੱਕ ਵੀ ਕੋਈ ਅਧਿਕਾਰੀ ਅਫਸਰ ਨਹੀਂ ਪੁੱਜਿਆ। ਜਦੋਂ ਉਹ ਇੱਥੋਂ ਚਲੇ ਗਏ ਤਾਂ ਰਸਤੇ ਵਿੱਚ ਉਸ ਨੂੰ ਉਹਨਾਂ ਦੇ ਵਿਭਾਗ ਦੇ SDO ਦਾ ਫੋਨ ਆਇਆ ਅਤੇ ਉਹ ਫਿਰ ਵਾਪਸ ਆ ਗਏ ਅਤੇ ਹੁਣ ਲਗਭਗ 12:30 ਵਜੇ ਦਾ ਸਮਾਂ ਹੋ ਗਿਆ ਹੈ ਅਤੇ ਉਹ ਹੁਣ ਆਏ ਹਨ। ਅਤੇ ਪਰ ਜਿੱਥੇ ਉਹ ਟਰਾਲੀ ਦੀਆਂ ਫੋਟੋਆਂ ਪਹਿਲਾਂ ਮਿੱਟੀ ਜਾਂ ਭੱਸੜ ਨਾਲ ਭਰੀਆਂ ਵਿਖਾ ਰਿਹਾ ਸੀ ਉਹ ਟਰੈਕਟਰ ਟਰਾਲੀ ਖਾਲੀ ਹੈ ਅਤੇ ਇਹ ਮਕਾਨ ਮਾਲਕਾਂ ਦਾ ਕਹਿਣਾ ਹੈ ਵੀ ਉਹਨਾਂ ਨੇ ਆਪਦੇ ਖੇਤ 'ਚੋਂ ਮਿੱਟੀ ਭਰ ਕੇ ਲੋਕਿੰਗ ਟਾਈਲਾਂ ਜੋ ਉਹਨਾਂ ਦੇ ਵਿਹੜੇ 'ਚ ਲੱਗ ਰਹੀਆਂ ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ ਥੱਲੇ ਪਾਉਣ ਵਾਸਤੇ ਭਰਤੀ ਕੱਢੀ ਹੈ, ਨਾ ਕਿ ਰੇਤਾ। ਰੇਤਾ ਨਜਾਇਜ਼ ਜੋ ਲੋਕ ਕੱਢਦੇ ਹਨ ਉਹਨਾਂ ਨੂੰ ਸਰਕਾਰੀ ਅਧਿਕਾਰੀਆਂ ਦੀ ਸ਼ੈ ਹੈ, ਸਰਕਾਰ ਦੀ ਸ਼ੈ ਹੈ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਬਲਕਿ ਮਿੱਟੀ ਭਰਨ ਵਾਲਿਆਂ 'ਤੇ ਨਜਾਇਜ਼ ਕਾਰਵਾਈ ਹੋ ਰਹੀ ਹੈ ਜਿਸ ਦਾ ਪੁਰਜੋ ਵਿਰੋਧ ਕਰਦੇ ਹਨ। ਇਸ ਸੰਬੰਧ ਵਿੱਚ ਮੌਕੇ 'ਤੇ ਪੁੱਛੇ ਪੁਲਿਸ ਅਧਿਕਾਰੀ ਅਤੇ ਮਾਈਨਿੰਗ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਅੱਜ ਤੁਸੀਂ ਇੱਥੇ ਪਹੁੰਚੇ ਹੋ ਜੀ, ਕੀ ਕਾਰਨ ਹੈ ਜੀ? ਇੱਥੇ ਕੋਈ ਮਾਈਨਿੰਗ ਅਫਸਰ ਨੇ ਫੋਨ ਕੀਤਾ ਸੀ ਥਾਣੇ SDO ਮਾਈਨਿੰਗ ਨੇ ਅਤੇ ਸ਼ਿਕਾਇਤ ਹੈ, ਇਸ ਕਰਕੇ ਮੈਂ ਆਇਆ ਨਾਲ ਮੁਲਾਜ਼ਮ ਲੈ ਕੇ। ਅਤੇ ਇੱਥੇ ਕੁਛ ਜਿਹੜੀ ਸ਼ਿਕਾਇਤ ਉਹਨਾਂ ਨੇ ਕੀਤੀ ਸੀ ਉਹਦੇ ਹਿਸਾਬ ਨਾਲ ਕੁਛ ਪਾਇਆ ਗਿਆ ਕਿ ਨਹੀਂ ਪਾਇਆ? ਉਹਨਾਂ ਦੇ ਮੁਲਾਜ਼ਮ ਹੈਗੇ ਨੇ ਇੱਥੇ, ਹੁਣ ਉਹ ਟਰੈਕਟਰ ਟਰਾਲੀ ਤਾਂ ਖਾਲੀ ਹੋ ਗਿਆ, ਖਾਲੀ ਖੜ੍ਹਾ। ਇਸ ਤੋਂ ਪਹਿਲਾਂ ਉਹਨਾਂ ਦੇ ਮਾਈਨਿੰਗ ਵਾਲੇ ਦੱਸਣਗੇ ਵੀ ਕੀ ਗੱਲਬਾਤ ਹੈ। ਥੈਂਕ ਯੂ। ਤੁਸੀਂ ਇੱਥੇ ਮੌਕੇ 'ਤੇ ਪਹੁੰਚੇ, ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ, ਪੁਲਿਸ ਵਿਭਾਗ ਦਾ ਕਹਿਣਾ ਹੈ ਵੀ ਤੁਸੀਂ ਕੀ ਵੇਖਿਆ, ਤੁਸੀਂ ਕੀ ਪਾਇਆ, ਕਈ ਸ਼ਿਕਾਇਤ ਕੀਤੀ? ਅਸੀਂ ਆਏ ਸੀਗੇ ਜੀ ਇੱਥੇ, ਵੇਖਿਆ ਸੀਗਾ ਜੋ ਵੀ ਹੈ ਮਿੱਟੀ ਰੇਤਾ ਜਾਂ ਜੋਸ਼ ਵੀ ਹੈ ਪੱਥਰ ਉਹ ਭਰਿਆ ਸੀਗਾ, ਕੁਛ ਰੇੜਾ 2 ਰੇੜੇ ਸੀਗੇ, ਉਹ ਅਸੀਂ ਫੋਟੋ ਖਿੱਚਣੀਆਂ ਸੀ ਉਹਨਾਂ ਦੀਆਂ। ਅਤੇ ਉਸ ਤੋਂ ਬਾਅਦ ਅਸੀਂ 2 ਘੰਟੇ ਇੱਥੇ ਖੜ੍ਹੇ ਰਹੇ ਹਾਂ ਆਪਣੇ ਸਾਹਿਬ ਨੂੰ ਉਡੀਕਦੇ, ਉਸ ਤੋਂ ਬਾਅਦ ਸਾਹਿਬ ਆਏ ਨਹੀਂ ਸੀ, ਫਿਰ ਅਸੀਂ ਵਾਪਸ ਚਲੇ ਗਏ। ਵਾਪਸੀ ਮੁੜ ਕੇ ਸਾਨੂੰ ਬੁਲਾਇਆ ਗਿਆ ਅਤੇ ਆ ਕੇ ਟਰਾਲੀ ਖਾਲੀ ਮਿਲੀ ਹੈ ਸਾਨੂੰ, ਖੱਡਾ ਭਰਿਆ ਪਾਣੀ ਦਾ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਾਜੂ। ਅਤੇ ਜਿਹੜੀ ਤੁਸੀਂ ਵੀਡੀਓ ਫੋਟੋ ਕਿੰਨੀ ਤੁਹਾਡੇ ਕੋਲ ਹੈਗੀ ਹੈ? ਹਾਂਜੀ। ਉਹਦੇ ਵਿੱਚ ਕੀ ਵਿਖਾਇਆ ਗਿਆ ਸੀ? ਬਸ ਆਹੀ ਹੈ ਟਰਾਲੀ ਦੇ ਉੱਤੇ ਮਿੱਟੀ। ਅਤੇ ਹੁਣ ਨਹੀਂ ਹੈਗੀ? ਹੁਣ ਖਾਲੀ ਆ। ਤੁਸੀਂ ਐਜ਼ ਏ ਕੀ ਕੰਮ ਡਿਪਾਰਟਮੈਂਟ 'ਚ ਹੋ? ਮੈਂ ਬਿਲਡਰ ਹਾਂ ਜੀ। ਅਧਿਕਾਰੀਆਂ ਦਾ ਕੀ ਕਹਿਣਾ? ਹਾਂਜੀ, ਤੁਹਾਡਾ ਨਾਮ ਜੀ? ਮੇਰਾ ਨਾਮ ਕ੍ਰਿਸ਼ਨਾ ਰਾਣੀ। ਕਿੱਥੋਂ ਰਹਿਣ ਵਾਲੇ ਹੋ? ਅਸੀਂ ਕਾਮਾਵਾਲੀ ਦੇ ਰਹਿਣ ਵਾਲੇ। ਤੁਹਾਡਾ ਕੀ ਕਹਿਣਾ ਜੀ? ਝੂਠੀ ਸ਼ਿਕਾਇਤ ਕੀਤੀ ਗਈ? ਟਰੈਕਟਰ ਕਿਉਂ ਨਹੀਂ ਦੇਣਾ, ਪਰਚਾ ਕਰਾਣੀ?
एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।